ਜਸਟਿਸ ਰਣਜੀਤ ਸਿੰਘ ਕਮਿਸ਼ਨ ਖਿਲਾਫ਼ ਬਿਆਨਬਾਜ਼ੀ ਦੇ ਇਲਜ਼ਾਮ ਲਾਉਣ ਕਰਕੇ ਉਹਨਾਂ ਨੇ ਅਕਾਲੀ ਦਲ ਦੇ ਲੀਡਰਾਂ ਖਿਲਾਫ਼ ਮਾਮਲਾ ਦਾਇਰ ਕੀਤਾ ਸੀ। ਇਸ ਦੇ ਸੰਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਜਸਟਿਸ ਰਣਜੀਤ ਸਿੰਘ ਵੱਲੋਂ ਦਾਇਰ ਮਾਣਹਾਨੀ ਦੇ ਮੁਕੱਦਮੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਬਿਕਰਮਜੀਤ ਮਜੀਠੀਆ ਨੂੰ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸੀ। ਸੁਖਬੀਰ ਬਾਦਲ ਅਤੇ ਮਜੀਠੀਆ ਅੱਜ ਅਦਾਲਤ ਵਿੱਚ ਪੇਸ਼ ਵੀ ਹੋਏ। ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੂੰ 1-1 ਲੱਖ ਰੁਪਏ ਦੇ ਜ਼ਮਾਨਤੀ ਮਚਲ ਕੇ ਭਰ ਕੇ ਜ਼ਮਾਨਤ ਦੇ ਦਿੱਤੀ। ਜੁਡੀਸ਼ਰੀ ਦੇ ਪੂਰਾ ਫੇਸ ਹੈ, ਹਲੇ ਤਾਂ ਜਿਹੜੀ ਅਗਲੀ ਡੇਟ ਹੈ ਉਹ ਮੇਨਟੇਨੇਬਿਲਟੀ 'ਤੇ ਹੈ ਕਿ ਆ ਕੇਸ ਮੇਨਟੇਨ ਹੈ ਕਿ ਨਹੀਂ ਹੈ। ਸੋ ਹਲੇ ਤਾਂ ਬੇਸਿਸ ਹੈ, ਸਾਨੂੰ ਪੂਰਾ ਉਮੀਦ ਹੈ ਕਿ ਜਸਟਿਸ ਜ਼ਰੂਰ ਮਿਲੂਗੀ, ਕਿਉਂਕਿ ਵੀ ਹੈਵ ਫੁੱਲ ਫੇਥ ਇਨ ਦ ਜੁਡੀਸ਼ਰੀ। ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਇਹਦੇ ਬਾਰੇ, ਕਿਉਂਕਿ ਹੁਣ ਸਭ ਮੈਟਰ ਸਭ ਜੁਡੀਸ਼ਰ ਹੈ। ਕੋਰਟ 'ਚ ਅਤੇ ਇੰਡੀਆ ਦੇ ਜੁਡੀਸ਼ੀਅਲ ਸਿਸਟਮ 'ਚ ਪੂਰਾ ਭਰੋਸਾ ਕਿ ਜੋ ਸੱਚਾਈ ਹੈ, ਜੋ ਸੱਚ ਹੈ ਉਹ ਸਾਹਮਣੇ ਆਊਗਾ। ਅਸੀਂ ਹਮੇਸ਼ਾ ਹੀ ਇਹ ਕਹਿੰਦੇ ਰਹੇ ਹਾਂ ਕਿ ਇਹ ਸਾਰੇ ਗੱਲ ਦੀ ਜਿੰਨੀ ਵੀ ਪਾਰਦਰਸ਼ਨੀ ਤਰੀਕੇ ਨਾਲ ਸਿਟਿੰਗ ਜੱਜ ਸਾਹਿਬ ਕੋਲੋਂ ਇਹਦੀ ਇਨਕੁਆਇਰੀ ਹੋਵੇ। ਔਰ ਮੈਂ ਸਮਝਦਾ ਅੱਜ ਜਿਹੜੀ ਉਹ ਇੱਕ ਪ੍ਰੋਸੀਜਰ ਹੁੰਦਾ ਕੋਰਟਾਂ ਦਾ, ਉਸ ਪ੍ਰੋਸੀਜਰ ਨੂੰ ਸਤਿਕਾਰ ਦਿੰਦੇ ਹੋਏ, ਸਨਮਾਨ ਦਿੰਦੇ ਹੋਏ ਅਸੀਂ ਉਸ ਪ੍ਰੋਸੀਜਰ ਅੱਗੇ ਆਪਦੇ ਆਪ ਨੂੰ ਸਬਮਿਟ ਕੀਤਾ। ਔਰ ਜੱਜ ਸਾਹਿਬ ਨੇ ਬੜੀ ਸਹੀ ਟਿੱਪਣੀ ਕੀਤੀ ਹੈ, ਕਿਉਂਕਿ ਉੱਥੇ ਆਰਗੂਮੈਂਟ ਹੋਈ ਸੀ ਕਿ ਇਹ ਮੇਨਟੇਨੇਬਲ ਵੀ ਹੈ ਕਿ ਨਹੀਂ, ਅਤੇ ਮੇਨਟੇਨੇਬਿਲਿਟੀ 'ਤੇ ਹਲੇ ਬਹਿਸ ਹੋਣੀ ਹੈ, ਇਸ ਲਈ ਕਿ ਇਹ ਜੋ ਇਹ ਮੇਨਟੇਨੇਬਲ ਹੈ ਕੰਪਲੇਂਟ ਕਿ ਨਹੀਂ ਹੈ, ਇਹ ਸਾਰੀ ਚੀਜ਼ ਦਾ ਫੈਸਲਾ ਹੁਣ ਅੱਗੇ 21 ਤਰੀਕ ਨੂੰ ਜਦ ਬਹਿਸ ਹੋਊਗੀ ਤਦ ਪਤਾ ਲੱਗੂਗਾ। ਇਸ ਲਈ ਇਹ ਇੱਕ ਪ੍ਰਕਿਰਿਆ ਅੱਗੇ ਉਹਦਾ ਸਨਮਾਨ ਕਰਨਾ ਮੈਂ ਸਮਝਦਾ ਹਿੰਦੁਸਤਾਨ ਦੇ ਹਰ ਨਾਗਰਿਕ ਦਾ ਫਰਜ਼ ਹੈ, ਔਰ ਅਸੀਂ ਉਹਦਾ ਸਤਿਕਾਰ ਕਰਦੇ ਹਾਂ। ਵੀ ਆਰ ਫੁੱਲ ਫੇਥ ਕਿ ਜੁਡੀਸ਼ਰੀ 'ਚੋਂ ਸੱਚਾਈ। ਬਿਊਰੋ ਰਿਪੋਰਟ, ਆਵਾਜ਼ੇ ਕੌਮ ਟੀਵੀ।